popolo Ciaci. Mirciaci. Baba Bhule Shah ji na kise ko khafa ho gaya naraaz ho gaya Baba Bhule Shah ji ne bahut jatan kiya peer ji nu manaun de lekin peer shah na ji manne nahi Baba Bhule Shah ji thak haar ke ek drakht tale baith gaye te ron lag paye ik siyana bujurg ko de lagna laga ਜਦ ਬੁੱਲੇ ਸ਼ਾਹ ਜੀ ਨੂੰ ਰੋਂਦਾ ਵੇਖਿਆ ਕਹਿੰਦੇ ਬੁੱਲਿਆ ਉਹ ਅੱਗੇ ਨਿੱਕ ਹੱਸ-ਹੱਸ ਰੋਣ ਲੱਗਾ ਗੱਲ ਕੀ ਹੈ ਬਾਬਾ ਬੁੱਲੇ ਸ਼ਾਹ ਜੀ ਨੇ ਹੱਥ ਜੋੜੇ ਕਹਿਣ ਲੱਗਾ ਬਾਬਾ ਜੀ ਮੇਰਾ ਪੀਰ ਮੈਨਾਂ ਖਫਾ ਹੋ ਗਿਆ ਨਾਰਾਜ਼ ਹੋ ਗਿਆ ਕਿਉਂਕਿ ਜਿਨ੍ਹਾਂ ਦੇ ਪੀਰ ਨੂੰ ਸਜਾਉਂਦੇ ਉਹ ਜੀਂਦੇ ਜੀ ਮਰੇ ਰਹਿੰਦੇ ਤੇ ਬਾਬਾ ਜੀ ਮੇਰੇ ਪੀਰ ਮੇਰਾ ਨਾਰਾਜ਼ ਹੋ ਗਿਆ ਮੇਰਾ ਮਰਿਆ ਵਾਲਾ ਹਾਲ ਹੋ ਗਿਆ ਇਸ ਲਈ ਮੈਂ ਰੋਂਦਾ ਉਹ ਬਜ਼ੁਰਗਾਂ ਦਾ ਬੁੱਲਿਆ ਉੱਥੇ ਪੀਰ ਨਾਲ ਕੋਈ ਗੱਲ ਨਹੀਂ ਕੀਤੀ ਮਨਾਉਣ ਦਾ ਕੋਈ ਯਤਨ ਨਹੀਂ ਕੀਤਾ ਬਾਬਾ ਬੁੱਲੇ ਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਯਤਨ ਤਾਂ ਬਹੁਤ ਕੀਤੇ ਲੇਕਿਨ ਕੋਈ ਕਾਮਯਾਬ ਨਹੀਂ ਹੋਇਆ ਸਾਰਾ ਬਜ਼ੁਰਗਾਂ ਦਾ ਬੁੱਲਿਆ ਅਸੀਂ ਤਾਂ ਕੋਈ ਯਤਨ ਦੱਸੀਏ ਬਾਬਾ ਬੁੱਲੇ ਸ਼ਾਹ ਜੀ ਨੇ ਹੱਥ ਜੋੜੇ ਕਹਿਣ ਲੱਗਾ ਬਾਬਾ ਜੀ ਦੱਸੋ ਛੇਤੀ ਦੱਸੋ ਉਸ ਬੁੱਧ ਨੇ ਕੀ ਕਿਹਾ ਬਾਬਾ ਬੁੱਲੇ ਸ਼ਾਹ ਜੀ ਨੂੰ ਉਹ ਬੁੱਲਿਆ ਜੇ ਤੂੰ ਨੱਚਣਾ ਗਾਉਣਾ ਸਿੱਖ ਲਵੇ ਤਾਂ ਤੇਰਾ ਯਾਰ ਤੇ ਮੈਂ ਰਾਜੀ ਹੋ ਜੀ ਕੀ ਬਾਬਾ ਬੁੱਲੇ ਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਠੀਕ ਹੈ ਜੇ ਮੇਰਾ ਪੀਰ ਕੰਜਰੀ ਬਣਿਆ ਮੇਰੇ ਕੰਜਰੀ ਬਣਿਆ ਖੁਸ਼ ਹੁੰਦਾ ਤਾਂ ਮੈਂ ਕੰਜਰੀ ਬਣ ਗਿਆ ਹਾਂ ਕੀ ਬਾਬਾ ਬੁੱਲੇ ਸ਼ਾਹ ਜੀ ਨੇ ਕੀ ਕੀਤਾ ਨੱਚਣ ਗਾਉਣ ਵਾਲੇ ਦੇ ਘਰ ਜਾ ਕੇ ਨੌਕਰ ਹੋ ਗਿਆ ਬਸਤੇ ਤੇ 12 ਸਾਲ ਸੰਗੀਤ ਸਿੱਖਿਆ ਉਸ ਤੋਂ ਬਾਅਦ ਉਹ ਪੀਰ ਸ਼ਾਹ ਨਾਜ ਦਾ ਮੇਲਾ ਆ ਗਿਆ ਆਪਣੇ ਨਾਲ ਦੇ ਦੋਸਤਾਂ ਨੂੰ ਕਹਿਣ ਲੱਗੇ ਯਾਰੋ ਪੀਰ ਸ਼ਾਹ ਨਾਜ ਦਾ ਮੇਲਾ ਆ ਗਿਆ ਤੁਹਾਡੀਆਂ ਝੋਲੀਆਂ ਦੌਲਤ ਨਾਲ ਭਰ ਜਾਓ ਤੇ ਮੈਨੂੰ ਦੀਦਾਰ ਹੋ ਜਾਓ ਸਾਥੀਆਂ ਨੂੰ ਮਨਾ ਲਿਆ ਆਪ ਕੀ ਕੀਤਾ ਪੀਰ ਬਾਬਾ ਬੁੱਲੇ ਸ਼ਾਹ ਜੀ ਨੇ ਸਾਦੇ ਸੂਹੇ ਕੱਪੜੇ ਪਾ ਲਏ ਪੈਰਾਂ ਵਿੱਚ ਚਾਂਦਰਾਂ ਤੇ ਬਾਹਾਂ ਬਾਹਾਂ ਵਿੱਚ ਵੰਗਾਂ ਪਾ ਲਈਆਂ ਕੁੰਡ ਕੱਢ ਲਿਆ ਇੰਨੇ ਸੋਹਣੇ ਲੱਗ ਰਿਹਾ ਪੀਰ ਬਾਬਾ ਬੁੱਲੇ ਸ਼ਾਹ ਜੀ ਪਹਿਚਾਣ ਨਹੀਂ ਹੋ ਰਹੇ ਤੇ ਆਦਮੀਆਂ ਕਿ ਔਰਤ ਖਰਾਬ ਪੱਕੇ ਕੇ ਤੁਰੇ ਜਾ ਰਹੇ ਨੇ ਤੇ ਸਾਥੀ ਪਿੱਛੇ ਪਿੱਛੇ ਪੱਕੇ ਕੇ ਤੁਰੇ ਜਾ ਰਹੇ ਨੇ ਸਾਥੀ ਪਿੱਛੇ ਪਿੱਛੇ ਪੀਰਛਾ ਨਾਲ ਜਿਹੜਾ ਬੂਹਾ ਆ ਗਿਆ ਤਾਂ ਦੇਖਿਆ ਕਿ ਗੇਟ ਆ ਗਿਆ ਮੈਨੂੰ ਸੌ ਸਲਾਮਾਂ ਕੀਤੀਆਂ ਕਿ ਮੇਰੇ ਯਾਰ ਦਾ ਬੂਹਾ ਹੁਣ ਅੰਦਰ ਚਲੇ ਗਏ ਇਸੇ ਤਰ੍ਹਾਂ ਮਹਿਫਲ ਸਜੀ ਹੋਈ ਆ ਪਿੱਛਾ ਨਾਲ ਜੀ ਸਾਹਮਣੇ ਬੈਠੇ ਜਾ ਬਾਬਾ ਬੁੱਲੇ ਸ਼ਾਹ ਜੀ ਅੰਦਰ ਗਏ ਕਹਿਣ ਲੱਗੇ ਰੁਕ ਜਾ ਕਿ ਤੂੰ ਕੌਣ ਹੈ ਤੂੰ ਕਿੱਥੋਂ ਆਈ ਹੈ ਕੀ ਬਾਬਾ ਬੁੱਲੇ ਸ਼ਾਹ ਜੀ ਤਿੱਖੀ ਜਵਾਨ ਨੇ ਕਿ ਜਨਾਬ ਮੈਂ ਕਸੂਰੋਂ ਆਈ ਹਾਂ ਪਿੱਛਾ ਨਾਲ ਜੀ ਖੁਸ਼ ਹੋ ਗਏ ਕਹਿੰਦੇ ਕਿ ਤੂੰ ਸਾਰੇ ਨਾਲੋਂ ਬਹੁਤਾ ਵਾਲਾ ਤੂੰ ਮੇਰੇ ਬੁੱਲੇ ਦੇ ਸ਼ਾਹ ਜੀ ਹੈ ਜਬੰਦਰ ਆ ਗਿਆ ਵਿੜ ਦੇ ਤਾਂ ਅੱਡੀ ਮਾਰੀ ਬਾਬਾ ਜੀ ਕੀ ਅਰਥ ਕੀਤਾ ਬਾਬਾ ਬੁੱਲੇ ਸ਼ਾਹ ਜੀ ਨੇ ਸੱਜਣਾ ਤੇਰਾ ਦਰਸ਼ਨ ਕਰਨ ਲਈ ਸਾਨੂੰ ਕੀ ਕੀ ਰੂਪ ਬਤਾਉਣਾ ਪਿਆ ਸੱਜਣਾ ਤੇਰਾ ਦਰਸ਼ਨ ਕਰਨ ਲਈ
ਤੇਰਾ ਦਰਸ਼ਨ ਕਰਨੇ ਸਾਨੂੰ ਕੀ ਰੂਪ ਬਟਾਉਣਾ ਪਿਆ ਕਦੀ ਕੰਨੀ ਮੁਸਰੇ ਪੌਣੇ ਪਾਇਆ ਤੇ ਕਦੀ ਮੱਥੇ ਤਿਲਕ ਲਗਾਉਣਾ ਪਿਆ ਕਦੀ ਮਹਜਤ ਸਿਰ ਰਗੜਾਉਂਦੇ ਰਹੇ ਕਦੀ ਵਿੱਚ ਗੰਗਾ ਦੇ ਨਹਾਉਣ ਪਿਆ ਜਿੱਥੇ ਜਿੱਥੇ ਤੇਰੀ ਬਸ ਪਈ ਸਾਨੂੰ ਉੱਥੇ ਸੀਸ ਝੁਕਾਉਣ ਪਿਆ ਤੂੰ ਵੀ ਬਾਬਾ ਬੁੱਲੇ ਸ਼ਾਹ ਜੀ ਰੋਣ ਲੱਗਾ ਕਹਿ ਲੱਗੇ ਪੀਰ ਜੀ ਮੈਂ ਬੁੱਲਾ ਨੀ ਮੈਂ ਭੁੱਲਾ ਪਹਿਲਾਂ ਕਹਿ ਲੱਗੇ ਪੀਰ ਜੀ ਮਾਫੀ ਦੇ ਦਿਓ ਪਿੱਛਾ ਨਾ ਕਹਿ ਲੱਗੇ ਬੁੱਲਿਆ ਉਹ ਤੈਨੂੰ ਇਹ ਜਹਾਨ ਵੀ ਮਾਫ ਕੀਤਾ ਤੈਨੂੰ ਉਹ ਜਹਾਨ ਵੀ ਮਾਫ ਕੀਤਾ ਔਰ ਇੰਨਾ ਲੱਥ ਕੇ ਤੂੰ ਇੰਨਾ ਸਮਾਂ ਸਿਆਉਣ ਲੱਗਾ ਚੱਲ ਗਾ ਪੀਰ ਜੀ ਤੁਹਾਨੂੰ ਮਨਾਉਣ ਦੇ ਜਤਨ ਬਹੁਤ ਕੀਤੇ ਇੱਕ ਜਤਨ ਮਿਲ ਗਿਆ ਸੀ ਨੱਚਣ ਪਾਉਣ ਵਾਲਾ ਉਹ ਬਾਕੀ ਸੀ ਉਹ ਕਰਕੇ ਆਇਆ ਪਿੱਛਾ ਨਾ ਜੀ ਚੱਲ ਕੇ ਬੁੱਲਿਆ ਸੀ ਨਾ ਖੱਪਾ ਜ਼ਰੂਰ ਸੀ ਲੇਕਿਨ ਇੰਨੇ ਨਹੀਂ ਸੀਗੇ ਤੂੰ 12 ਸਾਲ ਕਰ ਦਿੱਤੇ ਪੀਰ ਬਾਬਾ ਬੁੱਲੇ ਚੱਲ ਜੀ ਨਾਲ ਜੋੜ ਕੇ ਲੱਗਾ ਪੀਰ ਜੀ ਮੇਰਾ ਤੁਹਾਡੇ ਸਿਵਾ ਕੋਈ ਨਹੀਂ ਹੈਗਾ ਦੁਨੀਆਂ ਦੇ ਤਾਂ ਬਹੁਤ ਨੇ ਔਰ ਰੋਂਦੇ ਨੇ ਨਾਲੇ ਅਰਜ਼ ਕਰਦੇ ਨੇ ਕੀ ਕਰਦੇ ਨੇ ਜੇ ਮੈਂ ਰੁਸਾਂ ਤੇ ਆਪੇ ਰੁਸਾਂ ਕਹਿੰਦੇ ਨੇ ਕਿ ਮੇਰੇ ਰੁਸਾਂ ਕੁਛ ਨਹੀਂ ਫਰਕ ਪੈਂਦਾ ਜੇ ਮੈਂ ਰੁਸ ਵੀ ਗਿਆ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਮੈਂ ਰੁਸਾਂ ਤੇ ਮੈਂ ਆਪੇ ਰੁਸਾਂ ਮੇਰਾ ਰੁਸਾਂ ਕਿਸੇ ਨਾ ਪਾਉਂਦਾ ਸੇ ਸੋ ਦਰ ਲੱਗਦਾ ਏ ਬੁੱਲੇ ਨੱਚਣ ਦਾ ਸਭ ਸਭ